ਵੀਡੀਓ ਦੇਖਣ ਤੋਂ ਪਹਿਲਾਂ ਸੱਚ ਦਾ ਸੁਨੇਹਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਬੈਲ ਦੇ ਆਈਕਨ ਤੇ ਜਰੂਰ ਕਲਿੱਕ ਕਰੋ। ਸਰਸੇ ਵਾਲੇ ਸਾਹਿਬ ਦੇ ਨਾਲ ਰਲ ਕੇ ਜਿਹੜੀ ਬੇਅਦਬੀ ਕੀਤੀ ਗਈ ਉਹਨਾਂ ਨੂੰ ਉਲਟਾ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਡੱਕਣ ਦੀ ਬਜਾਏ ਇਹਨਾਂ ਨੇ ਸਿੱਖਾਂ ਤੇ ਤਸ਼ੱਦਦ ਕੀਤਾ। ਸਿੱਖਾਂ ਦੇ ਉੱਤੇ ਜਾਪ ਕਰਦਿਆਂ ਉੱਤੇ ਗੋਲੀਆਂ ਚਲਾਈਆਂ ਜਿਨ੍ਹਾਂ ਦੇ ਨਾਲ ਦੋ ਸਿੰਘ ਸ਼ਹੀਦ ਹੋਏ ਸੀ, ਜਿਨ੍ਹਾਂ ਵਿੱਚ ਮੇਰੇ ਫਾਦਰ ਸਾਹਿਬ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਸੀ। ਜੋ ਅੱਜ ਦਾ ਇਕੱਠ ਹੋਇਆ ਤੇ ਜੋ 7 ਤਰੀਕ ਨੂੰ ਇਕੱਠ ਹੋਇਆ, ਆਹ ਇਕੱਠ ਵੇਖ ਕੇ ਕੀ ਲੱਗਦਾ ਕਿ ਕੈਪਟਨ ਸਰਕਾਰ ਦੀ ਅੱਖਾਂ ਖੁੱਲਣਗੀਆਂ? ਜੀ ਬਿਲਕੁਲ, ਜਿਸ ਹਿਸਾਬ ਨਾਲ ਸੰਗਤਾਂ ਦੇ ਵਿੱਚ ਰੋਸ ਹੈ, ਰੋਸ ਲੈ ਕੇ ਸੰਗਤਾਂ 7 ਤਰੀਕ ਨੂੰ ਵੀ ਇੱਥੇ ਆਈਆਂ ਵੱਡੀ ਗਿਣਤੀ ਦੇ ਵਿੱਚ, ਤੇ ਉਸੇ ਰੋਸ ਦੇ ਵਜੋਂ ਹੀ ਅੱਜ 14 ਅਕਤੂਬਰ 2018 ਨੂੰ ਸ਼ਹੀਦ ਸਿੰਘਾਂ ਦਾ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੈਮੀਵਾਲਾ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਦਾ ਸ਼ਹੀਦੀ ਸਮਾਗਮ ਹੈ। ਸੋ ਉਸ ਸਮਾਗਮ ਵਿੱਚ ਸਾਰੀਆਂ ਸੰਗਤਾਂ ਗੁਰੂ ਦਾ ਰੋਸ ਲੈ ਕੇ ਪਹੁੰਚੀਆਂ, ਜੋ ਪੰਥ ਦੋਕੀਆਂ ਵੱਲੋਂ ਬੇਅਦਬੀ ਕੀਤੀ ਗਈ ਸੀ, ਜਿਹਦੀ ਬਹੁਤ ਅਕੌਤੀ ਪੰਥਕ ਸਰਕਾਰ ਦੇ ਪਹਿਰੇਦਾਰਾਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿਹਨਾਂ ਵੱਲੋਂ ਬੇਅਦਬੀ ਹੋਈ, ਉਹਨਾਂ ਦੀ ਸ਼ਹਿ ਦੇ ਉੱਤੇ ਬੇਅਦਬੀ ਹੋਈ। ਸਰਸੇ ਵਾਲੇ ਸਾਹਿਬ ਦੇ ਨਾਲ ਰਲ ਕੇ ਜਿਹੜੀ ਬੇਅਦਬੀ ਕੀਤੀ ਗਈ ਉਹਨਾਂ ਨੂੰ ਉਲਟਾ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਡੱਕਣ ਦੀ ਬਜਾਏ ਇਹਨਾਂ ਨੇ ਸਿੱਖਾਂ ਤੇ ਤਸ਼ੱਦਦ ਕੀਤਾ। ਸਿੱਖਾਂ ਦੇ ਉੱਤੇ ਜਾਪ ਕਰਦਿਆਂ ਉੱਤੇ ਗੋਲੀਆਂ ਚਲਾਈਆਂ ਜਿਨ੍ਹਾਂ ਦੇ ਨਾਲ ਦੋ ਸਿੰਘ ਸ਼ਹੀਦ ਹੋਏ ਸੀ, ਜਿਨ੍ਹਾਂ ਵਿੱਚ ਮੇਰੇ ਫਾਦਰ ਸਾਹਿਬ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਸੀ। ਸੋ ਅੱਜ ਦਾ ਜੋ ਇਕੱਠ ਦੀ ਗੱਲ ਕਰੀਏ ਤਾਂ ਜੇ ਇਨਸਾਫ ਮੋਰਚਾ ਬਗਰਾੜੀ ਧਰਤੀ ਦੇ ਵਿੱਚ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਜਿਹੜਾ ਜਾਰੀ ਹੈ, ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨੂੰ ਬੂਰ ਪੈਣ ਦੇ ਜਿਹੜੇ ਅੱਜ ਚਾਂਸ ਆ ਵੱਧ ਚੁੱਕੇ ਆ, ਸਰਕਾਰਾਂ ਨੂੰ ਨਿਆਂ ਜਿਹੜਾ ਇੱਥੇ ਆ ਕੇ ਬਿਲਕੁਲ ਬਗਰਾੜੀ ਦੀ ਧਰਤੀ ਦੇ ਉੱਤੇ ਦੇਣਾ ਪਊਗਾ। ਉਹ ਉਹਨਾਂ ਨੂੰ ਦੱਸਣਾ ਪਊਗਾ ਕਿ ਦੋਸ਼ੀ ਕੌਣ ਆ ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕੀਤਾ ਉਹ ਕਿੰਨਾ ਬੰਦਿਆਂ ਨੇ ਕੀਤਾ, ਅਤੇ ਪੁਲਿਸ ਵਾਲਿਆਂ ਨੂੰ ਗੋਲੀਆਂ ਚਲਾਉਣ ਵਾਲੇ ਉਹ ਸਜ਼ਾ ਦੇ ਹੱਕਦਾਰ ਆ, ਉਹਨਾਂ ਨੂੰ ਸਜ਼ਾ ਸਰਕਾਰਾਂ ਜ਼ਰੂਰ ਦੇਣਗੀਆਂ।